ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ, ਅਸਲਾਮ ਅਲੈਕੁਮ। ਤੋ ਨਾਜ਼ਰੀਨ, ਕਟਾਈ ਆਪਦੇ ਅਰੂਜ 'ਤੇ ਆ, ਅਤੇ ਬਹੁਤ ਸਾਰੇ ਅਸੀਂ ਨਾ ਕੰਮ ਦੇਖੇ ਆ ਕਿ ਜਿਹਦੇ ਵਿੱਚ ਨਾ ਇਹ ਜਦੋਂ ਗੰਦਮ ਗਿਰ ਜਾਂਦੀ ਆ, ਮੌਸਮ 'ਚ ਸ਼ਿੱਦਤ ਆਉਂਦੀ ਆ, ਅਤੇ ਸਾਡੇ ਜਿਹੜੇ ਆ ਨਾ ਮਤਲਬ ਆਮ ਜਿਹੜੇ ਰੇਪਰ ਆ, ਉਹ ਗੰਦਮ ਨੂੰ ਖਰਾਬ ਕਰ ਦਿੰਦੇ ਆ, ਉੱਤੋਂ ਕੱਟ ਦਿੰਦੇ ਆ, ਅਤੇ ਇਹਦੇ ਵਿੱਚ ਨਾ ਸਾਡਾ ਤੂੜੀ ਦਾ ਨੁਕਸਾਨ ਹੋ ਜਾਂਦਾ ਬਹੁਤ ਜ਼ਿਆਦਾ। ਤੂੜੀ ਸਾਡੀ ਜਿਹੜੀ ਆ ਨਾ, ਉਹ ਸਾਨੂੰ ਉਹ ਹਦਫ ਨਹੀਂ ਮਿਲਦਾ ਤੂੜੀ ਦਾ, 10 ਤੋਂ 15 ਮਣ ਕਿੱਲੇ ਦੀ ਤੂੜੀ ਜਿਹੜੀ ਨਾ ਸਾਡੀ ਉਹ ਮਿਸ ਹੋ ਜਾਂਦੀ ਹੈ। ਅਤੇ ਅਲਹਮਦੁਲਿਲਾ ਮੈਂ ਦੇਖਿਆ ਕਿ ਤੁਸੀਂ ਮੇਰੇ ਸਾਹਮਣੇ ਆ ਦੇਖ ਰਹੇ ਆ, ਗੰਦਮ ਬਿਲਕੁਲ ਗਿਰੀ ਹੋਈ ਆ, ਟੁਕੜੀਆਂ ਦੀ ਸ਼ਕਲ 'ਚ ਵੀ ਗਿਰੀ ਆ ਅਤੇ ਸਾਰੀ ਵੀ ਗਿਰੀ ਹੋਈ ਆ। ਅਤੇ ਇਹ ਤੁਸੀਂ ਮੇਰੇ ਸਾਹਮਣੇ ਹੁਣ ਦੇਖ ਰਹੇ ਆ ਕਿ ਰੇਪਰ ਦੀ ਐਡਜਸਟਮੈਂਟ ਕਰ ਰਿਹਾ ਵਾ ਇਸ ਹਿਸਾਬ ਨਾਲ ਕਿ ਇਹ ਗਿਰੀ ਹੋਈ ਗੰਦਮ ਜਿਹੜੀ ਆ ਨਾ ਉਸ ਨੂੰ ਵੀ ਇਹਨਾਂ ਨੇ ਚੱਕ ਲੈਣਾ ਵਾ। ਇਹ ਹੁਣ ਤੁਸੀਂ ਦੇਖੋ ਕਿ ਇਹ ਬਿਲਕੁਲ ਨਾ ਇਹ ਗਿਰੀ ਹੋਈ ਹੈ, ਠੀਕ ਹੋ ਗਿਆ ਜੀ। ਅਤੇ ਇਹ ਹੁਣ ਗਿਰੀ ਹੋਈ ਗੰਦਮ ਇਹਨਾਂ ਨੇ ਚੱਕਣੀ ਆ। ਇਹ ਤੁਸੀਂ ਹੁਣ ਦੇਖਿਆ ਜੋ ਕਿ ਕਿੱਦਾਂ ਗਿਰੀ ਹੋਈ ਗੰਦਮ ਨੂੰ ਇਹ ਚੁੱਕਦੇ ਆ। ਇੱਕ ਤਾਂ ਆਪਦਾ ਲੀਵਰ ਪੂਰਾ ਫੁੱਲ ਥੱਲੇ ਰੱਖਣਗੇ, ਔਰ ਫਿਰ ਤੁਹਾਨੂੰ ਮੈਂ ਥੱਲੋਂ ਇਹ ਦੇਖ ਲਓ ਗਿਰੀ ਹੋਈ ਗੰਦਮ। ਮੁਕੰਮਲ ਗਿਰੀ ਹੋਈ, ਔਰ ਇਹ ਪਿੱਛੇ ਰਿਜ਼ਲਟ ਵੀ ਦੇਖ ਲਓ, ਇਹ ਦੇਖ ਲਓ ਕਿ ਗਿਰੀ ਹੋਈ ਗੰਦਮ ਨੂੰ ਕਿੱਡੀ ਨਫਾਸਤ ਦੇ ਨਾਲ ਚੱਕ ਰਿਹਾ ਵਾ। ਇਹ ਸਾਰਾ ਡਿਪੈਂਡ ਕਰਦਾ ਵਾ ਡਰਾਈਵਰ 'ਤੇ। ਡਰਾਈਵਰ ਐਕਸਪਰਟ ਹੋਵੇ ਨਾ ਤਾਂ ਫਿਰ ਰਿਜ਼ਲਟ ਇੱਦਾਂ ਹੀ ਮਿਲਦੇ ਆ। ਔਰ ਦੂਸਰੀ ਕਾਰੀਗਰੀ ਇਹ ਕਰ ਰਿਹਾ ਵਾ ਕਿ ਬੈਕ ਗੇੜੇ ਲਗਾ ਰਿਹਾ ਵਾ, ਅਤੇ ਕਿਉਂਕਿ ਉੱਪਰ ਅਗਰ ਫਰੰਟ ਤੋਂ ਗੇੜੇ ਲਾਉਣਗੇ ਤਾਂ ਫਿਰ ਇਹ ਗਿਰੀ ਹੋਈ ਨਹੀਂ ਚੱਕਣਗੇ। ਅਤੇ ਮੇਰੇ ਉਹ ਡਰਾਈਵਰ ਜਿਨ੍ਹਾਂ ਨੂੰ ਨਹੀਂ ਪਤਾ ਕਿ ਗਿਰੀ ਹੋਈ ਗੰਦਮ ਕਿੱਦਾਂ ਚੱਕਣੀ ਆ, ਅਤੇ ਆਮ ਜਿਹੜੇ ਹੱਥਾਂ ਵਾਲੇ ਵਾਢੀ ਵਾਲੇ ਉਹ 5 ਮਣ ਦਾ ਤਕਾਜ਼ਾ, 4 ਮਣ ਕਿੱਲੇ ਦਾ ਤਕਾਜ਼ਾ ਕਰਦੇ ਆ, ਅਤੇ ਇਹ ਤੁਹਾਨੂੰ ਥੋੜ੍ਹੇ ਰੇਟ 'ਤੇ 25-30 ਕਿਲੋ ਦੇ ਰੇਟ 'ਤੇ ਜਾਂ 1 ਮਣ ਦੇ ਰੇਟ 'ਤੇ ਵੀ ਤੁਹਾਨੂੰ ਗਿਰੀ ਹੋਈ ਗੰਦਮ ਜਿਹੜੀ ਆ ਉਹ ਚੁੱਕ ਦੇਣਗੇ। ਅਤੇ ਅੱਜ ਵਾਲੀ ਵੀਡੀਓ ਦੇ ਵਿੱਚ ਮੇਰਾ ਪੈਗਾਮ ਇਹ ਹੀ ਆ ਕਿ ਤੁਸੀਂ ਮਾਰ ਸਾਹਿਬ ਦਾ ਰੇਪਰ, ਮਹਿਰ ਵਸੀਮ ਦਾ ਰੇਪਰ ਤੁਸੀਂ ਦੇਖ ਲਓ ਚੱਲਦਾ ਹੋਇਆ ਕਿ ਗਿਰੀ ਹੋਈ ਗੰਦਮ ਵੀ ਚੱਕ ਰਿਹਾ ਵਾ। ਅਤੇ ਇਹ ਤਰੀਕਾਕਾਰ ਵਾ ਗਿਰੀ ਹੋਈ ਗੰਦਮ ਚੱਕਣ ਦਾ, ਇੱਦਾਂ ਤੁਸੀਂ ਚੱਕਣੀ ਆ, ਇਹ ਦੇਖ ਲਓ ਬਿਲਕੁਲ ਗਿਰੀ ਹੋਈ ਗੰਦਮ ਚੱਕੀ ਜਾ ਰਾਜੀ ਗੱਡੀ ਆ। ਨਾਲ ਬੱਚਾ ਦੌੜਦਾ ਜਾ ਰਿਹਾ ਵਾ, ਇਹ ਹੁਣ ਵਿੱਚੋਂ ਇਹ ਕਢਾਈ ਵੀ ਜਾ ਰਹੇ ਆ। ਇਹ ਹੁਣ ਮਜ਼ੀਦ ਅਸੀਂ ਤੁਹਾਨੂੰ ਦਿਖਾ ਵੀ ਦਿੰਦੇ ਹਾਂ, ਇਹ ਦੇਖੋ ਕਿ ਆ ਗਿਰੀ ਆ, ਇਹ ਸਾਰੀ ਗਿਰੀ ਹੋਈ ਗੰਦਮ ਆ। ਆਏ ਤੋੜ ਲਓ,